कसम रब दी कसम रब दी कसम रब दी वे कुंडे टुट गए जरीबा दे वे कुंडे टुट गए जरीबा दे माया तेनु कसम लगे हाल सुन ले गरीबा दे कुंडे टुट गए जरीबा दे वे माया तेनु कसम लगे हाल सुन ले गरीबा दे दो पत्र अनारा दे वे साडी गली लंघ माया दुख टूटन बीमारा दे साडी गली लंघी माया दुख टूटन बीमारा दे कसम रब दी असी जदों दरबार आई दा जब तुसी लोग भी आंदे हो मेरे ख्याल दे विच जिहड़ा भी आउंदा वो दुनिया ही मंगदा रहिंदा गड्डियां कारां पैसा जमीन अमेरिका कैनेडा या कर्जियां तो माफ़ी या कोर्ट कचहरी के चक्करां चों माफ़ी यो हाल है साडा कि एक बंदा एक बड़ी खूबसूरत कार है लंबी महंगी लग्जरी गड्डी है उन्हों देखी जांदा एक बंदा होर आया आके पुछण लगा कहिंदा भाजी की देखदे हो ते ओह कहण लगा जी ओह कार मैनूं बड़ी पसंद आ कहिंदा फिर नेड़े जाके देख लो कहिंदा नहीं नेड़े नहीं जा सकदा क्यों कहिंदा जिहड़ा कार दा मालिक है ना उहदे नाल मेरी बणदी नहीं कहिंदा फिर नहीं तेरा कम बनना फिर तैनूं गड्डी दे विच बिठाउणा तां दूर दी गल तैनूं हत्थ वी नहीं लाउण देणा उहने जांदा जांदा इक सलाह दे जांदा ਕਹਿੰਦਾ ਕਿ ਤੈਨੂੰ ਸਲਾਹ ਦੇ ਦੇਣਾ ਕਹਿੰਦਾ ਕੀ ਉਹ ਕਹਿ ਰਿਹਾ ਕਹਿੰਦਾ ਸਲਾਹ ਮੇਰੀ ਇਹ ਹੈ ਕਿ ਗੱਡੀ ਦੀ ਯਾਰੀ ਛੱਡ ਦੇ ਗੱਡੀ ਵਾਲੇ ਨਾਲ ਯਾਰੀ ਪਾ ਲੈ ਜੇ ਗੱਡੀ ਦੇ ਮਾਲਕ ਨਾਲ ਯਾਰੀ ਪੈ ਗਈ ਤੇ ਗੱਡੀ ਵਾਲਾ ਵੀ ਤੇਰਾ ਤੇ ਗੱਡੀ ਵੀ ਤੇਰੀ ਤੇ ਹੋਰ ਵੀ ਦੱਸਦਾ ਗੱਡੀ ਚਲਾਓ ਵੀ ਆਪ ਤੈਨੂੰ ਬਰਾਬਰ ਵਾਲੀ ਸੀਟ ਤੇ ਬਿਠਾਲ ਕੇ ਤੇਰਾ ਸਟੇਅਰਿੰਗ ਵੀ ਆਪ ਸੰਭਾਲੋ ਖਰੋਚ ਵੀ ਨਹੀਂ ਆਉਣ ਦਿੰਦਾ ਜ਼ਿੰਦਗੀ ਦਾ ਸਟੇਅਰਿੰਗ ਤੇ ਅਸੀਂ ਗੱਡੀਆਂ ਦੀ ਯਾਰੀ ਲਈ ਬੈਠੇ ਆ ਗੱਡੀ ਵਾਲੇ ਨੂੰ ਨਹੀਂ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦੀਦਾਰ ਤੋਂ ਕਸਮ ਰੱਬ ਦੀ ਨਾ ਰਹਿ ਪਾਵਾਂ ਨਰੇ ਪਾਵਾਂ ਤੇਰੇ ਦੀਦਾਰ
ਤਾਂ ਇੱਟਾਂ ਲਾਉਂਦੇ ਨੇ ਜਿੱਥੇ ਸੱਜਣਾ ਨੂੰ ਰੱਖਦੇ ਨੇ ਰੱਬ ਦੀ ਨਰ ਪਾਵਾਂ ਸਾਹਿਬ ਸਰਕਾਰ ਤੋਂ ਬਿਨਾ ਕਸਮ ਰੱਬ ਦੀ ਨਾ ਰਹਿ ਪਾਵਾਂ ਗੱਲ ਸਮਝ ਨਹੀਂ ਪੈਂਦੀ ਮੇਰੇ ਅਕਲਾਂ ਵਾਲਿਆਂ ਦੀ। ਬਗਦਾਦ ਸ਼ਰੀਫ ਉੱਥੇ ਦੋ ਭਰਾ ਸਕੇ, ਖਾਨਦਾਨ ਬੜਾ ਵਧੀਆ, ਪੈਸਾ ਧੇਲਾ ਰੱਜ ਕੇ, ਸੋਹਣੇ ਸੁਨੱਖੇ ਬੜੇ। ਕਮੀ ਕੀ ਹੈ? ਦੋਨਾਂ ਨੂੰ ਰਿਸ਼ਤਾ ਨਹੀਂ ਹੋ ਰਿਹਾ, ਰਿਸ਼ਤਾ ਨਹੀਂ ਹੋ ਰਿਹਾ ਦੋਨਾਂ ਭਰਾਵਾਂ ਨੂੰ। ਆਉਂਦੇ ਆ, ਕੋਈ ਨਾ ਕੋਈ ਕਮੀ ਕੱਢ ਕੇ ਚਲੇ ਜਾਂਦੇ। ਬੜੇ ਅਰਸੇ ਬਾਅਦ ਇੱਕ ਘਰ ਤੋਂ ਦੋ ਸਕੀਆਂ ਭੈਣਾਂ ਦਾ ਰਿਸ਼ਤਾ ਆਇਆ। ਗੱਲਬਾਤ ਤੈਅ ਹੋ ਗਈ, ਗੱਲਬਾਤ ਤੈਅ ਹੋ ਗਈ, ਮੁੰਡੇ ਪਸੰਦ ਆ ਗਏ, ਕਾਰੋਬਾਰ ਪਸੰਦ ਆ ਗਏ, ਘਰ ਬਾਰ ਪਸੰਦ ਆ ਗਿਆ, ਅਤੇ ਗੱਲ ਅਖੀਰ 'ਤੇ ਫਿਰ ਫਸ ਗਈ। ਉਹ ਕਹਿਣ ਲੱਗੇ, ਕਹਿੰਦੇ ਵੀ ਗੱਲ ਸੁਣੋ, ਅਸੀਂ ਤਾਂ ਤੁਹਾਨੂੰ ਪੁੱਛਿਆ ਹੀ ਨਹੀਂ, ਤੁਹਾਡਾ ਗੁਰੂ ਕੌਣ ਹੈ? ਉਹ ਕਹਿੰਦੇ ਜੀ, ਗੁਰੂ ਤਾਂ ਸਾਡਾ ਕੋਈ ਨਹੀਂ। ਕਹਿੰਦੇ ਫਿਰ ਬੇਗੁਰੇ ਬੰਦਿਆਂ ਨੂੰ ਅਸੀਂ ਤਾਂ ਕੁੜੀਆਂ ਦੇ ਨਹੀਂ ਸਕਦੇ, ਪਹਿਲੇ ਗੁਰੂ ਵਾਲੇ ਬਣੋ। ਦੋਨਾਂ ਭਰਾਵਾਂ ਨੇ ਮਸ਼ਵਰਾ ਕੀਤਾ, ਕਹਿੰਦਾ ਯਾਰ ਇਹਦੇ ਵਿੱਚ ਤਾਂ ਕੋਈ ਹਰਜ਼ ਨਹੀਂ, ਗੁਰੂ ਵਾਲਾ ਹੋਣਾ ਤਾਂ ਅੱਛੀ ਗੱਲ ਆ, ਹੋ ਜਾਂਦੇ ਹਾਂ। ਕਹਿਣ ਲੱਗੇ ਜੀ, ਇੰਜ ਕਰੋ ਤੁਸੀਂ ਸ਼ਗਨ ਕਰ ਦਿਓ, ਜਿਸ ਦਿਨ ਅਸੀਂ ਗੁਰੂ ਵਾਲੇ ਹੋ ਗਏ ਅਸੀਂ ਪੀਰ ਬਣਾ ਲਏ, ਆਪਣੇ ਪੀਰ ਲੱਭ ਲਏ। ਐਵੇਂ ਤਾਂ ਹੁਣ ਇੱਕ ਦਿਨ ਦੇ ਵਿੱਚ ਗੱਲ ਨਹੀਂ ਬਣਨੀ ਕੋਈ। ਸਿਆਣੇ ਕਹਿੰਦੇ ਕਿ ਪਾਣੀ ਪੀਏ ਪੁਣ ਕੇ
ਗੁਰੂ ਫੜੀਏ ਚੁਣ ਕੇ ਤੇ ਐਵੇਂ ਤੇ ਗੱਲ ਨਹੀਂ ਬਣਨੀ ਇਹ ਸਿਰ ਝੁਕਾਉਣਾ ਸਿਰ ਰੱਖਣਾ ਸੋਚ ਕੇ ਰੱਖਾਂਗੇ ਜਿੱਥੇ ਇੱਕ ਵਾਰ ਸਿਰ ਰੱਖਤਾ ਤੇ ਫਿਰ ਚੱਕਣਾ ਕੀ ਤੁਸੀਂ ਸ਼ਗਨ ਕਰਦੇ ਹੋ ਜਿਸ ਦਿਨ ਅਸੀਂ ਆਪਣੇ ਗੁਰੂ ਬਣਾ ਲੈ ਤੁਸੀਂ ਉਸ ਦਿਨ ਨਿਕਾਹ ਦੇ ਦਿਓ ਗੱਲ ਤੈਅ ਹੋ ਗਈ ਉਹ ਸ਼ਗਨ ਕਰਕੇ ਚਲੇ ਗਏ ਹੁਣ ਦੋਨੋਂ ਭਰਾ ਸੋਚਦੇ ਨੇ ਵੀ ਹਾਂਜੀ ਗੁਰੂ ਕਿਹਨੂੰ ਬਣਾਈਏ ਕਿਹਦੇ ਲੜ ਲੱਗੀਏ ਵੱਡਾ ਕਹਿੰਦਾ ਕਹਿੰਦਾ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ ਬਗਦਾਦ ਸ਼ਰੀਫ ਦੇ ਵਿੱਚ ਰਹਿੰਦੇ ਹਾਂ ਤੇ ਬੜੇ ਪੀਰ ਸਾਹਿਬ ਤੋਂ ਉੱਪਰ ਕੌਣ ਹੈ ਗਿਆਰਵੀਂ ਵਾਲੀ ਸਰਕਾਰ ਗੌਸਲੇ ਆਜ਼ਮ ਪੀਰ ਸ਼ਾਹ ਜਲਾਨੀ ਉਹਨਾਂ ਤੋਂ ਉੱਪਰ ਕੌਣ ਹੈ ਚੱਲ ਉਹਨਾਂ ਦੇ ਪੈਰ ਫੜ ਲੈਂਦੇ ਚੱਲ ਕੇ ਮਿੰਦ ਤਰਲਾ ਕਰਦੇ ਹਾਂ ਛੋਟਾ ਕਹਿੰਦਾ ਨਹੀਂ ਵੀ ਨਹੀਂ ਮੈਂ ਲਕੀਰ ਦਾ ਫਕੀਰ ਨਹੀਂ ਬਣਨਾ ਜਦ ਤੱਕ ਜਿੱਥੇ ਮੇਰਾ ਦਿਲ ਨਹੀਂ ਪਸੀਜਦਾ ਮੈਂ ਉੱਥੇ ਨਹੀਂ ਜਾ ਸਕਦਾ ਤੂੰ ਜਾ ਕਹਿੰਦਾ ਫਿਰ ਤੂੰ ਗੁਰੂ ਕਿਵੇਂ ਲੱਭੇਗਾ ਕਹਿੰਦਾ ਮੈਂ ਅੱਲਾ ਤੋਂ ਮੰਗਣਾ ਰੱਬ ਤੋਂ ਮੰਗੂੰਗਾ ਗੁਰੂ ਕਿ ਤੂੰ ਬਖਸ਼ਿਸ਼ ਕਰ ਉਹ ਕਿਵੇਂ ਮੈਂ ਮਸਜਿਦ 'ਚ ਜਾਊਂਗਾ ਰਾਤ ਦੀ ਨਮਾਜ਼ ਪੜ੍ਹ ਕੇ ਮਸਜਿਦ ਦੇ ਵਿੱਚ ਹੀ ਇਬਾਦਤ 'ਚ ਬੈਠ ਜਾਊਂਗਾ ਹਰ ਪੂਰੀ ਰਾਤ ਹਰ ਸਾਹ ਦੇ ਨਾਲ ਦੁਆ ਕਰੂੰਗਾ ਐ ਰੱਬ ਜੀ ਜਦੋਂ ਸਵੇਰੇ ਮਸਜਿਦ 'ਚੋਂ ਬਾਹਰ ਨਿਕਲੂੰਗਾ ਜਿਹੜਾ ਪਹਿਲਾ ਬੰਦਾ ਮਿਲਾ ਦਿਓਗੇ ਉਹਨੂੰ ਆਪਣਾ ਗੁਰੂ ਬਣਾ ਲਓ ਸਭ ਤੋਂ ਵੱਡੀ ਗੱਲ ਤੇ ਰੱਬ ਦਾ ਯਕੀਨ ਦਿਲ 'ਚ ਬੈਠ ਗਿਆ ਵੱਡਾ ਗਿਆ ਉਹਨੇ ਬੜੇ ਪੀਰ ਸਾਹਿਬ ਦੀਆਂ ਮਿੰਨਤਾਂ ਤਰਲੇ ਕੀਤੀਆਂ ਜੋ ਕੁਛ ਵੀ ਕਰਕੇ ਉਹਨਾਂ ਦਾ ਮੁਰੀਦ ਹੋ ਗਿਆ ਛੋਟਾ ਗਿਆ ਮਸਜਿਦ 'ਚ ਨਮਾਜ਼ ਪੜ੍ਹੀ ਮਸਜਿਦ 'ਚ ਹੀ ਬੈਠ ਗਿਆ ਇਬਾਦਤ ਕਰਨ ਲੱਗ ਗਿਆ ਰੋਂਦਾ ਰਿਹਾ ਸਾਰੀ ਰਾਤ ਰੱਬ ਜੀ ਜਦੋਂ ਸਵੇਰੇ ਨਿਕਲੂੰਗਾ ਮਸਜਿਦ 'ਚੋਂ ਜਿਹੜਾ ਪਹਿਲਾ ਬੰਦਾ ਮਿਲਾ ਦੋਗੇ ਉਹਨੂੰ ਆਪਣਾ ਪੀਰ ਬਣਾ ਲਓ ਸਵੇਰ ਹੋਈ ਜਦੋਂ ਮਸਜਿਦ 'ਚੋਂ ਬਾਹਰ ਨਿਕਲਿਆ ਤੇ ਸਾਹਮਣੇ ਵਧਾਈਆਂ ਮੰਗਣ ਵਾਸਤੇ ਖੁਸਰਿਆਂ ਦੀ ਟੋਲੀ ਜਾ ਰਹੀ ਹੈ ਮਹੰਤਾਂ ਦੀ ਪਹਿਲਾਂ ਤੇ ਰੱਬ ਨੂੰ ਕਹਿੰਦਾ ਆਹ ਕੀ ਕੀਤਾ ਇੱਕਦਮ ਖਿਆਲ ਆਇਆ ਕਿ ਨਹੀਂ ਤੂੰ ਵਾਅਦਾ ਕੀਤਾ ਮੂੰਹ ਤੇ ਚਪੇੜਾ ਮਾਰਦਾ ਕਹਿੰਦਾ ਨਹੀਂ 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 ਹੁਣ ਮੁੱਕਰਨਾ ਨਹੀਂ ਕਿਉਂਕਿ ਰੱਬ ਨੇ ਦਿੱਤਾ ਹੁਣ ਮੁੱਕਰਨਾ ਨਹੀਂ ਜਿਹੜਾ ਉਹਨਾਂ ਖੁਸਰਿਆਂ ਦੀ ਟੋਲੀ ਦਾ ਜਿਹੜਾ ਸਰਦਾਰ ਮੋਢੀ ਉਹਦੇ ਜਾ ਕੇ ਪੈਰ ਫੜ ਲਏ ਸਲਾਮ ਪੇਸ਼ ਕੀਤਾ ਉਹ ਕਹਿੰਦੇ ਆ ਕੀ ਕਰਦਾ ਉਹਨੇ ਪੈਰ ਫੜ ਲਏ ਕਹਿੰਦੇ ਨਾ ਜੀ ਨਾ ਅੱਜ ਤੋਂ ਤੁਸੀਂ ਮੇਰੇ ਪੀਰ ਤੇ ਮੈਂ ਤੁਹਾਡਾ ਮੁਰੀਦ ਉਹ ਗਾਲੀ ਗਲੋਚ ਕਰਦੇ ਆ ਲਾ ਲਾ ਕੇ ਸੁੱਟਦੇ ਆ ਉਹ ਪੈਰ ਨਹੀਂ ਛੱਡਦਾ ਕਹਿੰਦਾ ਹੁਣ ਨਹੀਂ ਕਿਉਂਕਿ ਰੱਬ ਨੇ ਦਿੱਤਾ ਤੂੰ ਮੇਰਾ ਪੀਰ ਤੇ ਮੈਂ ਤੇਰਾ ਮੁਰੀਦ ਰੋਂਦਾ ਕਰਲਾਉਂਦਾ ਮਿੰਨਤਾਂ ਕਰਦਾ ਉਸ ਮਹੰਤ ਨੂੰ ਆਪਣੇ ਘਰ ਲੈ ਗਿਆ ਮੰਜੇ ਵਿਛਾਉਂਦਾ ਬਿਸਤਰੇ ਵਿਛਾਉਂਦਾ ਖਾਣੇ ਬਣਾਉਂਦਾ ਐਲਾਨ ਕਰ ਦਿੱਤਾ ਕਿ ਅੱਜ ਮੇਰੇ ਘਰ ਦਾਵਤ ਹੈ ਕਿਉਂਕਿ ਮੇਰਾ ਪੀਰ ਮੇਰੇ ਘਰ ਆਇਆ ਮੇਰਾ ਪੀਰ ਮੇਰੇ ਘਰ ਆਇਆ ਦਾਵਤਾਂ ਤਿਆਰ ਹੋ ਰਹੀਆਂ ਨੇ ਨਿਆਜ਼ਾਂ ਤਿਆਰ ਹੋ ਰਹੀਆਂ ਨੇ ਖਾਣੇ ਤਿਆਰ ਹੋ ਰਹੇ ਨੇ ਰਿਸ਼ਤੇਦਾਰਾਂ ਨੂੰ ਸੁਨੇਹੇ ਲਾ ਦਿੱਤੇ ਆਪਣੇ ਸਹੁਰਿਆਂ ਨੂੰ ਵੀ ਸੁਨੇਹਾ ਲਾ ਦਿੱਤਾ ਉਹ ਕੁੜੀ ਵਾਲੇ ਵੀ ਆ ਗਏ ਸਾਕ ਸੰਬੰਧੀ ਆ ਗਏ ਜਦੋਂ ਆ ਕੇ ਦੇਖਦੇ ਨੇ ਕਿ ਘਰ ਦੇ ਵਿੱਚ ਇੱਕ ਮਹੰਤ ਨੂੰ ਬਿਠਾਇਆ ਹੋਇਆ ਪੀਰ ਬਣਾ ਕੇ ਸਾਰੇ ਲਾਣਤਾਂ ਪਾਉਣ ਲੱਗ ਗਏ ਕਹਿੰਦੇ ਹੋਏ ਤੂੰ ਸੈਯਦ ਹੋ ਕੇ ਸੈਯਦਾਂ ਦੀ ਨੱਕ ਕਟਾਤੀ ਆ ਕਿੱਥੇ ਸਿਰ ਝੁਕਾਤਾ ਤੈਂ ਰਿਸ਼ਤੇਦਾਰ ਵਾਪਸ ਚਲੇ ਗਏ ਨਾਰਾਜ਼ ਹੋ ਕੇ ਵਾਪਸ ਜਾਣ ਲੱਗ ਗਏ ਜਦੋਂ ਕੁੜੀ ਵਾਲੇ ਆਏ ਉਹਨਾਂ ਨੇ ਦੇਖਿਆ ਉਹ ਵੀ ਨਾਰਾਜ਼ ਹੋ ਗਏ ਕਹਿੰਦੇ ਤੈਨੂੰ ਤੇ ਰਿਸ਼ਤਾ ਕੀ ਕਰਨਾ ਸੀ ਵੱਡੇ ਨੂੰ ਵੀ ਨਹੀਂ ਕਰਨਾ ਆਪ ਆਪਣੇ ਪੀਰ ਵੱਲ ਨੂੰ ਆਪਣੇ ਪੀਰ ਨੂੰ ਯਾਦ ਕਰਕੇ ਕਹਿੰਦਾ ਕਹਿੰਦਾ ਹੁਣ ਰਿਸ਼ਤਿਆਂ ਦੀ ਗੱਲ ਨਹੀਂ ਹੁਣ ਤੇ ਮੈਂ ਜਾਣਾ ਤੇ ਮੇਰਾ ਪੀਰ ਜਾਣੇ ਹੁਣ ਮੈਂ ਜਾਣਾ ਤੇ ਮੇਰਾ ਪੀਰ ਜਾਣੇ ਸੇਵਾ ਹੋ ਰਹੀ ਹੈ ਜੋ ਦਿਨ ਗੁਜ਼ਰਦੇ ਜਾ ਰਹੇ ਨੇ ਇੱਕ ਦਿਨ ਕੀ ਹੋਇਆ ਬੜੇ ਪੀਰ ਸਾਹਿਬ ਦਾ ਫੇਰਾ ਪੈ ਗਿਆ ਉਸ ਗਲੀ ਦੇ ਵਿੱਚ ਗਿਆਰਵੀਂ ਵਾਲੇ ਪੀਰਾਂ ਦਾ ਫੇਰਾ ਪੈ ਗਿਆ ਐਲਾਨ ਹੋ ਗਿਆ ਅੱਜ ਬੜੇ ਪੀਰ ਸਾਹਿਬ ਆ ਰਹੇ ਨੇ ਗਿਆਰਵੀਂ ਵਾਲੀ ਸਰਕਾਰ ਦਾ ਉਹਨਾਂ ਦੀ ਸਵਾਰੀ ਆ ਰਹੀ ਹੈ ਆ ਜਾਓ ਜਿਨ੍ਹਾਂ ਨੇ ਦੀਦਾਰ ਕਰਨਾ ਹੈ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਸਲਾਮ ਪੇਸ਼ ਕਰਨਾ ਆ ਜਾਓ ਲੋਕ ਮੁਹੱਲਿਆਂ ਚੋਂ ਨਿਕਲ ਕੇ ਬਾਹਰ ਖੜੇ ਨੇ ਦਰਸ਼ਨ ਕਰਨ ਵਾਸਤੇ ਗਲੀਆਂ 'ਚ ਖੜੇ ਨੇ ਦਰਵਾਜ਼ਿਆਂ 'ਚ ਖੜੇ ਨੇ ਸਰਕਾਰ ਦੀ ਸਵਾਰੀ ਆ ਰਹੀ ਹੈ ਵੱਡਾ ਕਹਿਣ ਲੱਗਾ ਛੋਟੇ ਨੂੰ ਉਹ ਆ ਜਾ ਭਰਾਵਾ ਤੂੰ ਵੀ ਆ ਜਾ ਜੋ ਕੰਮ ਕਰਨਾ ਸੀ ਉਹ ਤੇ ਹੋ ਗਿਆ ਚੱਲ ਖਬਰਾਂ ਤੇਰੀ ਬਖਸ਼ਿਸ਼ ਹੋ ਜਾਵੇ ਸਰਕਾਰ ਨੂੰ ਸਲਾਮ ਕਰ ਲੈ ਕਹਿੰਦਾ ਚਲੋ ਸਰਕਾਰ ਨੂੰ ਸਲਾਮ ਕਰਨ ਵਾਸਤੇ ਜਾ ਰਿਹਾ ਹੁਣ ਦੇਖਿਓ ਜ਼ਰਾ ਕਿ ਜਾ ਕਿੱਦਾਂ ਰਿਹਾ ਇੱਧਰ ਗੌਸ ਪਾਕ ਸਰਕਾਰ ਦੀ ਸਵਾਰੀ ਆ ਰਹੀ ਹੈ ਇੱਦਾਂ ਗਲੀਆਂ 'ਚ ਲੋਕ ਆਪਣੇ ਆਪਣੇ ਘਰਾਂ 'ਚ ਖੜੇ ਦੇਖ ਰਹੇ ਨੇ ਸਰਕਾਰ ਨੂੰ ਸਲਾਮ ਪੇਸ਼ ਕਰ ਰਹੇ ਨੇ ਇੱਧਰੋਂ ਉਹ ਬੰਦਾ ਆ ਰਿਹਾ ਉਹ ਕਿਵੇਂ ਆ ਰਿਹਾ ਉਹਦਾ ਮੂੰਹ ਇੱਧਰ ਨੂੰ ਆ ਤੇ ਪਿੱਠ ਇੱਧਰ ਨੂੰ ਲੋਕ ਹੈਰਾਨ ਪਰੇਸ਼ਾਨ ਲੈ ਵੀ ਅੱਜ ਨਹੀਂ ਇਹਦੀ ਬਖਸ਼ਿਸ਼ ਹੋਣੀ ਇਹ ਬੇਅਦਬੀ ਕਰ ਰਿਹਾ ਸਰਕਾਰ ਵੱਲ ਨੂੰ ਪਿੱਠ ਕਰ ਰਿਹਾ
ਮੂੰਹ ਇੱਧਰ ਸਰਕਾਰ ਵੱਲ ਪਿੱਠਾ ਸਵਾਰੀ ਨੇੜੇ ਨੇੜੇ ਆ ਰਹੀ ਹੈ ਇਧਰੋਂ ਸਰਕਾਰ ਆ ਰਹੇ ਨੇ ਇਧਰੋਂ ਉਹ ਬੰਦਾ ਆ ਰਿਹਾ ਨੇੜੇ ਪਹੁੰਚੇ ਮੂੰਹ ਇੱਧਰ ਹੈ ਪਿੱਠ ਇੱਧਰ ਹੈ ਸਲਾਮ ਪੇਸ਼ ਕਰਦਾ ਹੈ ਹਜ਼ੂਰ ਗੌਸਲ ਆਜ਼ਮ ਸਰਕਾਰ ਅਸਲਾਮ ਵਾਲੇਕੁਮ ਆਪ ਕਹਿੰਦੇ ਵਾਲੇਕੁਮ ਸਲਾਮ ਸਰਕਾਰ ਮੈਂ ਤੁਹਾਡੇ ਵੱਲੋਂ ਚਿਹਰਾ ਨਹੀਂ ਕਰ ਸਕਦਾ ਮਾਫ ਕਰ ਦਿਓ ਕਿਉਂ ਨਹੀਂ ਕਰ ਸਕਦਾ ਸਰਕਾਰ ਮੈਂ ਤੁਹਾਡੇ ਵੱਲੋਂ ਚਿਹਰਾ ਇਸ ਕਰਕੇ ਨਹੀਂ ਕਰ ਸਕਦਾ ਜੇ ਮੈਂ ਮੂੰਹ ਤੁਹਾਡੇ ਵੱਲ ਘੁਮਾਇਆ ਤਾਂ ਮੇਰੇ ਪੀਰ ਵੱਲ ਮੇਰੀ ਪਿੱਠ ਹੋ ਜਾਣੀ ਸਰਕਾਰ ਨੇ ਜਦੋਂ ਸੁਣਿਆ ਕਹਿੰਦੇ ਕੀ ਕਿਹਾ ਇੱਕ ਵਾਰ ਫੇਰ ਕਹੀ ਜਰਾ ਹਜ਼ੂਰ ਮੈਂ ਤੁਹਾਡੇ ਵੱਲੋਂ ਇਸ ਕਰਕੇ ਚਿਹਰਾ ਨਹੀਂ ਕਰ ਸਕਦਾ ਜੇ ਮੈਂ ਤੁਹਾਡੇ ਵੱਲੋਂ ਚਿਹਰਾ ਕੀਤਾ ਤਾਂ ਮੇਰੇ ਪੀਰ ਵੱਲ ਮੇਰੀ ਪਿੱਠ ਹੋ ਜਾਣੀ ਗੌਸ ਪਾਕ ਸਰਕਾਰ ਨੂੰ ਵਜਦ ਹੋ ਗਿਆ ਵਜਦ ਦੇ ਵਿੱਚ ਆ ਗਏ ਆਪਣੀ ਸਵਾਰੀ ਤੋਂ ਨੀਚੇ ਉਤਰੇ ਆਏ ਵਜਦ ਦੇ ਵਿੱਚ ਆ ਕੇ ਫੇਰ ਕਹਿੰਦੇ ਨੇ ਕਹਿੰਦੇ ਇੱਕ ਵਾਰ ਫੇਰ ਦੱਸ ਸਾਡੇ ਵੱਲੋਂ ਚਿਹਰਾ ਕਿਉਂ ਨਹੀਂ ਕਰਦਾ ਮੇਰੀ ਸਰਕਾਰ ਹਜ਼ੂਰ ਗੌਸਲ ਆਜ਼ਮ ਪੀਰਾਂ ਨੇ ਪੀਰ ਦਸਤਗੀਰ ਜੇ ਮੈਂ ਤੁਹਾਡੇ ਵੱਲ ਨੂੰ ਆਪਣਾ ਚਿਹਰਾ ਘੁਮਾਇਆ ਤਾਂ ਮੇਰੇ ਪੀਰ ਵੱਲ ਨੂੰ ਮੇਰੀ ਪਿੱਠ ਹੋ ਜਾਣੀ ਮੈਂ ਆਪਣੇ ਪੀਰ ਦੀ ਬੇਅਦਬੀ ਨਹੀਂ ਕਰ ਸਕਦਾ ਗੌਸ ਪਾਕ ਸਰਕਾਰ ਕਹਿੰਦੇ ਬਜਟ ਦੇ ਵਿੱਚ ਆ ਕੇ ਹਜ਼ਰਤ ਮੌਲਾ ਦੀ ਮੁਸ਼ਕਲ ਕੁਸ਼ਾ ਦਾ ਨਾਰਾ ਮਾਰ ਕੇ ਕਹਿੰਦੇ ਨੇ ਜੇ ਤੇਰਾ ਇਸ਼ਕ ਇੰਨਾ ਪੱਕਾ ਤਾਂ ਜਾ ਅਸੀਂ ਤੈਨੂੰ ਵੀ ਵਲੀ ਕੀਤਾ ਤੇਰੇ ਪੀਰ ਨੂੰ ਵੀ ਵਲੀ ਕੀਤਾ ਅਸੀਂ ਤੈਨੂੰ ਵੀ ਬਲੀ ਕੀਤਾ ਤੇਰੇ ਪੀਰ ਨੂੰ ਵੀ ਬਲੀ ਕੀਤਾ ਏੜੀ ਰਗੜ ਰਗੜ ਕੇ ਸਾਰਾ ਲਹੂ ਬਹਾ ਦਿਆ ਆਜ ਇੱਕ ਮੁਰੀਦ ਨੇ ਪੀਰ ਕੋ ਵਲੀ ਬਣਾ ਦਿਆ ਓ ਗੱਲ ਸਮਝਣਾ ਪੈਂਦੀ ਮੇਰੇ ਕੌਣ ਪਛਾਣੇ ਦਿਲ ਦੀਆਂ ਕੌਣ ਪਛਾਣੇ ਦਿਲ ਦੀਆਂ ਕੌਣ ਪਛਾਣੇ ਦਿਲ ਦੀਆਂ ਕੌਣ ਪਛਾਣੇ ਮੇਰੇ ਦਿਲਦਾਰ ਤੋਂ ਬਿਨਾ ਕਸਮ ਰੱਬ ਦੀ ਹੱਕਦਾਰ ਤੋਂ ਬਿਨਾ ਕਸਮ ਰੱਬ ਦੀ ਨਰੇ ਪਾਵਾ ਜਦੋਂ ਦੀ ਤੇਰੇ ਨਾਮ ਵਾਲੀ ਮਹਿੰਦੀ ਹੱਥਾਂ ਉੱਤੇ ਲਾਈ ਏ ਤੇਰੇ ਨਾਮ ਵਾਲੀ ਮਹਿੰਦੀ ਹੱਥਾਂ ਉੱਤੇ ਲਾਈ ਏ ਅਰਸ਼ਾਂ ਦੇ ਤਾਰਿਆਂ ਰਾਜਾ ਸਾਹਿਬ ਦੇ ਪਿਆਰੇ ਐਰੇ ਗੈਰੇ ਸਮਝੀਨਾ ਰਾਜਾ ਸਾਹਿਬ ਦੇ ਪਿਆਰੇ ਐਰੇ ਗੈਰੇ ਸਮਝੀਨਾ ਰਾਜਾ ਸਾਹਿਬ ਦੇ ਪਿਆਰੇ
गुलामां दी की मर्जी गुलामां दी की मर्जी गुलामां दी की मेरे सरदार बिना कसम रब दी सरदार तो बिना ओ, 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 कसम रब दी ना रह पावा तेरे दीदार तो